ਸੋ ਫਟੀਕ ਨੂੰ ਕਹਿੰਦੇ ਕਿ ਸਿੰਪਲ ਨਾ ਸਮਝੋ, ਇਟ ਮੇ ਬੀ ਵੈਰੀ ਡੇਂਜਰਸ ਫਾਰ ਆਲ ਦਾ ਬਾਡੀ ਪਾਰਟਸ। ਆਫ ਕੋਰਸ ਫਟੀਕ ਦਾ ਕਾਰਨ ਕੀ ਹੈ, ਸਿੰਪਟਮਸ ਕੀ ਹੈ, ਕਿਉਂ ਬਾਡੀ ਨੂੰ ਵੀਕਨੈਸ ਜਾਂ ਫਟੀਕਨੈਸ ਇੱਦਾਂ ਦੀ ਫੀਲ ਹੁੰਦੀ ਹੈ? ਮੇਨ ਤੌਰ 'ਤੇ ਜਿਹੜੀ ਅੱਜ ਕੱਲ੍ਹ ਦੇਖਣ 'ਚ ਆ ਰਹੀ ਹੈ ਚੀਜ਼ ਕਿ ਵਿਟਾਮਿਨ ਡੀ ਦੀ ਜਿਹੜੀ ਡੈਫੀਸ਼ੈਂਸੀ ਹੈ ਉਹ ਬਹੁਤ ਜ਼ਿਆਦਾ ਲੋਕਾਂ 'ਚ ਆ ਰਹੀ ਹੈ। ਇਹ ਪਸੀਨਾ ਸਵੈਟਿੰਗ ਸਰੀਰ 'ਚ ਕਿੰਨੀ ਜ਼ਰੂਰੀ ਹੈ? ਪਸੀਨਾ ਆਉਣਾ ਵੀ ਬਹੁਤ ਜ਼ਰੂਰੀ ਹੈ ਅਤੇ ਪਸੀਨਾ ਕੱਢਣਾ ਵੀ ਬਹੁਤ ਜ਼ਰੂਰੀ ਹੈ। ਪਸੀਨਾ ਇੱਥੇ ਨੋਰਮਲੀ ਤਾਂ ਆਉਣਾ ਹੀ ਨਹੀਂ, ਕਿਉਂਕਿ ਅਸੀਂ ਬੜੇ ਕੰਟਰੋਲਡ ਟੈਂਪਰੇਚਰ 'ਚ ਰਹਿ ਰਹੇ ਹਾਂ। ਤਾਂ ਜਿਹੜੀ ਮੈਂਟਲ ਫਟੀਕ ਹੈ ਉਹ ਮੇਰੇ ਖਿਆਲ ਆ ਸਾਰੇ ਜਿਹੜੇ ਫੈਕਟਰਸ ਨੂੰ ਹੈ ਉਹਨੂੰ ਵੀ ਇਫੈਕਟ ਕਰਦੀ ਹੈ। ਅਗਰ ਮੈਂਟਲ ਫਟੀਕ ਹੈ ਤਾਂ ਤੁਹਾਡੀ ਫਿਜ਼ੀਕਲ ਫਟੀਕ ਵੀ ਨਾਲ ਜੁੜੀ ਹੈ, ਇਮੋਸ਼ਨਲ ਵੀ ਚੜ੍ਹੀ ਹੈ। ਬੈਸਟ ਹੋਮੀ ਕੇਅਰ ਤੋਂ ਤਰਨਜੀਤ ਕੌਰ ਜਿਹੜੇ ਕਿ ਇੱਕ ਹੋਮਿਓਪੈਥ ਹੈ ਸਾਡੇ ਨਾਲ ਮੌਜੂਦ ਹੈ ਸ਼ੋਅ 'ਚ। ਗੱਲਬਾਤ ਕਰਾਂਗੇ ਫਟੀਕ, ਜਿਹੜੀ ਟਾਇਰਡਨੈਸ ਹੁੰਦੀ ਹੈ ਬੋਡੀ 'ਚ ਉਹਦੇ ਕੀ ਕਾਰਨ ਹੈ, ਸਿਮਟਮਸ ਕੀ ਹੈ ਅਤੇ ਉਹਨੂੰ ਕਿੱਦਾਂ ਰੈਕਟੀਫਾਈ ਕੀਤਾ ਜਾ ਸਕਦਾ ਹੈ। ਤਰਨਜੀਤ ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ ਜੁਆਇਨ ਕਰਨ ਲਈ ਸਾਡੇ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਾਈਮ ਏਸ਼ੀਆ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਤੁਹਾਡਾ, ਤੁਸੀਂ ਇਨਵਾਈਟ ਕੀਤਾ। ਤੁਸੀਂ ਸਭ ਤੋਂ ਪਹਿਲੇ ਆਪਣੀ ਇੰਟਰੋਡਕਸ਼ਨ, ਬੈਸਟ ਹੋਮਿਓ ਕੇਅਰ ਦੇ ਬਾਰੇ, ਕਿੱਥੇ ਲੋਕੇਟਡ ਔਰ ਕਿੰਨੇ ਸਾਲ ਤੋਂ ਤੁਸੀਂ ਸਰਵਿਸਿਜ਼ ਦੇ ਰਹੇ ਹੋ ਹੋਮਿਓ ਕੇਅਰ ਦੀਆਂ? ਹਾਂਜੀ, ਬੈਸਟ ਹੋਮਿਓ ਕੇਅਰ ਅਤੇ ਐਜ਼ ਏ ਮੈਨ ਹੋਮਿਓਪੈਥ ਮੈਂ ਕੰਮ ਕਰ ਰਹੀ ਹਾਂ। ਮੇਰਾ ਨਾਮ ਤਰਨਜੀਤ ਕੌਰ ਹੈ ਔਰ ਲੋਕੇਸ਼ਨ ਹੈ ਜੀ 195 ਕੁਇਨ ਸਟ੍ਰੀਟ ਈਸਟ ਬਰੈਂਪਟਨ। ਫੋਨ ਨੰਬਰ ਹੈ 1416-434-4795। ਤੁਸੀਂ ਇਹਦੇ ਲਈ ਹੋਰ ਜਾਣਕਾਰੀ ਲੈਣ ਲਈ besthomecare.com 'ਤੇ ਸਰਚ ਕਰ ਸਕਦੇ ਹੋ ਜਾਂ ਫਿਰ ਗੂਗਲ ਸਰਚ ਕਰ ਸਕਦੇ ਹੋ ਬੈਸਟ ਹੋਮਿਓ ਕੇਅਰ ਤਰਨਜੀਤ ਕੌਰ 'ਤੇ, ਉੱਥੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਕਲੀਨਿਕ ਬਾਰੇ ਮਿਲ ਜਾਏਗਾ। ਤਰਨਜੀਤ ਜੀ, ਫਟੀਕ ਟਾਇਰਡਨੈਸ ਜੀ, ਬੋਡੀ ਦੇ ਅੰਦਰ ਜਦ ਸਵੇਰੇ ਉੱਠਦੇ ਹਾਂ ਤਾਂ ਇੱਦਾਂ ਫੀਲ ਹੁੰਦਾ ਕਦੀ ਕਿ ਬਹੁਤ ਜ਼ਿਆਦਾ ਫਟੀਕ ਹੈ ਜਾਂ ਤਾਂ ਇੰਨਾ ਹਾਰਡ ਕੰਮ ਵੀ ਨਹੀਂ ਕੀਤਾ ਹੁੰਦਾ, ਫਟੀਕ ਦਾ ਕਾਰਨ ਕੀ ਹੈ, ਸਿਮਟਮਸ ਕੀ ਹੈ ਇਹਦੇ, ਪਹਿਲੇ ਟ੍ਰੀਟਮੈਂਟ ਬਾਅਦ 'ਚ ਗੱਲ ਕਰਾਂਗੇ, ਲੇਕਿਨ ਇਹਦੇ ਰੀਜ਼ਨਸ ਕੀ ਹੈ, ਕਿਉਂ ਬੋਡੀ ਨੂੰ ਵੀਕਨੈਸ ਜਾਂ ਫਟੀਕਨੈਸ ਇੱਦਾਂ ਦੀ ਫੀਲ ਹੁੰਦੀ ਹੈ ਕਦੀ ਕਦੀ? ਹਾਂਜੀ, ਫਟੀਕ ਇੱਕ ਵਾਈਡ ਟਰਮ ਆ ਜਿਹਦੇ 'ਚ ਅਸੀਂ ਜੇ ਆਪਾਂ ਪੰਜਾਬੀ 'ਚ ਗੱਲ ਕਰੀਏ ਤਾਂ ਹਰ ਕੋਈ ਦੇ ਮੂੰਹ ਦੇ ਚੱਲਦੀ ਥੱਕੇ ਥੱਕੇ ਰਹਿੰਦੇ ਹਾਂ, ਛੋਟੇ ਬੱਚੇ ਆ, ਆਈ ਐਮ ਟਾਇਰਡ, ਸੋ ਇਹ ਚੀਜ਼ਾਂ ਬਹੁਤ ਸੁਣਨ 'ਚ ਮਿਲ ਰਹੀਆਂ। ਇਹਨੂੰ ਅਸੀਂ ਐਗਜ਼ੌਸ਼ਨ ਵੀ ਕਹਿ ਸਕਦੇ ਹਾਂ, ਪ੍ਰੋਸਟ੍ਰੇਸ਼ਨ ਵੀ ਕਹਿ ਸਕਦੇ ਹਾਂ। ਫਟੀਕ ਐਕਚੁਅਲੀ ਕਈ ਤਰ੍ਹਾਂ ਦੀ ਹੁੰਦੀ ਹੈ, ਫਟੀਕ ਫਿਜ਼ੀਕਲ ਵੀ ਹੁੰਦੀ ਹੈ, ਇਮੋਸ਼ਨਲ ਵੀ ਹੁੰਦੀ ਹੈ, ਸੋਸ਼ਲ ਵੀ ਹੁੰਦੀ ਹੈ ਅਤੇ ਮੈਂਟਲ ਵੀ ਹੁੰਦੀ ਹੈ। ਮੈਂਟਲ ਆਫ ਕੋਰਸ ਹੁੰਦੀ ਹੈ, ਰਾਈਟ? ਤਾਂ ਜਿਹੜੀ ਮੈਂਟਲ ਫਟੀਕ ਹੈ ਉਹ ਮੇਰੇ ਖਿਆਲ ਆ ਸਾਰੇ ਜਿਹੜੇ ਫੈਕਟਰਸ ਨੂੰ ਹੈ ਉਹਨੂੰ ਵੀ ਇਫੈਕਟ ਕਰਦੀ ਹੈ। ਅਗਰ ਮੈਂਟਲ ਫਟੀਕ ਹੈ ਤਾਂ ਤੁਹਾਡੀ ਫਿਜ਼ੀਕਲ ਫਟੀਕ ਵੀ ਨਾਲ ਜੁੜੀ ਹੈ, ਇਮੋਸ਼ਨਲ ਵੀ ਚੜ੍ਹੀ ਹੈ। ਬਿਲਕੁਲ ਕਰਦੀ ਹੈ, ਬਿਲਕੁਲ ਕਰਦੀ ਹੈ। ਮੈਂਟਲ ਫਟੀਕ ਜਿਹੜੀ ਆ ਉਹ ਉਹਨੂੰ ਤੁਸੀਂ ਰੂਟ ਕੋਜ਼ ਲੈ ਲਓ ਅਤੇ ਉਸ ਤੋਂ ਬਾਅਦ ਬਾਕੀ ਸਾਰੀਆਂ ਚੀਜ਼ਾਂ। ਔਰ ਫਿਜ਼ੀਕਲ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਫਿਜ਼ੀਕਲ 'ਚ ਵੀ ਕਈ ਰੀਜ਼ਨ ਨੇ। ਫਿਜ਼ੀਕਲ ਦੇ ਵਿੱਚ ਜਿਵੇਂ ਹੁਣ ਕੋਈ ਕੰਮ ਕਰਨ ਦੇ ਵਿੱਚ ਆ ਜਾਂਦਾ, ਜਿਵੇਂ ਅੱਜ ਭੱਜ ਨੱਸ ਦੇ ਵਿੱਚ ਸਾਰੇ ਆਪਣੇ ਕੰਮਾਂ 'ਤੇ ਜਾਂਦੇ ਆ, ਲੇਡੀਜ਼ ਜੇ ਦੇਖ ਲਓ ਤਾਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਕੰਮ ਹੈ, ਜੈਂਟਸ ਦੇ ਵੀ ਦੋ ਦੋ ਤਿੰਨ ਤਿੰਨ ਸ਼ਿਫਟਾਂ ਨੇ ਜਾਂ ਆਫਿਸ ਦੇ ਵਿੱਚ ਲੌਂਗ ਕੰਮ ਕਰ ਰਹੇ ਹੈ, ਉਹ ਸਾਰਾ ਕੁਛ ਉਹਦਾ ਰੀਜ਼ਨ ਹੋ ਸਕਦਾ। ਪਰ ਉਦੋਂ ਤੋਂ ਇਲਾਵਾ ਇਹ ਚੀਜ਼ਾਂ ਤਾਂ ਹਰ ਬੰਦੇ ਦੇ ਦਿਮਾਗ 'ਚ ਆ ਜਾਂਦੀਆਂ ਬਈ ਥਕਾਵਟ ਹੈ ਕਿਉਂਕਿ ਜ਼ਿਆਦਾ ਕੰਮ ਕੀਤਾ। ਉਹ ਤੋਂ ਇਲਾਵਾ ਬਹੁਤ ਇਹਦੇ ਪਿੱਛੇ ਹੋਰ ਕਾਰਨ ਨੇ ਜਿਹਦਾ ਕਰਕੇ ਫਟੀਕ ਹੋ ਸਕਦੀ। ਅੱਜ ਅਸੀਂ ਉਹਦੇ ਬਾਰੇ ਥੋੜ੍ਹਾ ਡਿਸਕਸ ਕਰਾਂਗੇ ਕਿ ਕੀ ਹੋ ਸਕਦਾ। ਦੇਖੋ, ਸਭ ਤੋਂ ਪਹਿਲਾਂ ਡੈਫੀਸ਼ੀਐਂਸੀਜ਼ ਜਿਹੜੀਆਂ ਹੁੰਦੀਆਂ, ਠੀਕ ਹੈ, ਹੈ ਨਾ, ਡੈਫੀਸ਼ੀਐਂਸੀਜ਼ ਹਰੇਕ ਬੰਦੇ ਦੇ ਵਿੱਚ
ਮੇਨ ਤੌਰ 'ਤੇ ਜਿਹੜੀ ਅੱਜ ਕੱਲ੍ਹ ਦੇਖਣ 'ਚ ਆ ਰਹੀ ਹੈ ਚੀਜ਼ ਕਿ ਵਿਟਾਮਿਨ ਡੀ ਦੀ ਜਿਹੜੀ ਡੈਫੀਸ਼ੈਂਸੀ ਆ ਉਹ ਬਹੁਤ ਜ਼ਿਆਦਾ ਲੋਕਾਂ 'ਚ ਆ ਰਹੀ, ਉਹ ਵੀ ਇੱਕ ਮੇਨ ਫੈਕਟਰ ਆ। ਉਸ ਤੋਂ ਇਲਾਵਾ ਆਇਰਨ ਡੈਫੀਸ਼ੈਂਸੀ, ਬੀ 12 ਡੈਫੀਸ਼ੈਂਸੀ, ਠੀਕ ਆ। ਇਹ ਤਿੰਨ ਜਿਹੜੀ ਚੀਜ਼ਾਂ, ਇਹ ਤਾਂ ਮੇਨ ਹਰੇਕ ਬੰਦੇ 'ਚ ਅੱਜ ਕੱਲ੍ਹ ਦੇਖਣ 'ਚ ਮਿਲ ਰਹੀਆਂ ਨੇ, ਮੋਸਟ ਪਰਸੈਂਟੇਜ ਆਫ ਪੀਪਲ 'ਚ। ਬਾਕੀ ਵਨ ਟੂ ਵਨ ਹਰ ਕੋਈ ਜਦੋਂ ਬਲੱਡ ਵਰਕ ਕਰਾਉਂਦਾ ਤਾਂ ਉਹਨਾਂ 'ਚ ਕੋਈ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਕਿਹੜੀ ਚੀਜ਼ ਦੇ ਥਰੂ ਉਹ ਜਾ ਰਹੇ। ਸੋ ਇਹ ਹੋ ਗਿਆ ਇੱਕ ਡੈਫੀਸ਼ੈਂਸੀਜ਼। ਫੋਰ ਨਿਊਟ੍ਰੀਸ਼ਨਲ ਡੈਫੀਸ਼ੈਂਸੀਜ਼ ਦੇ ਵਿੱਚ ਵੀ ਆ ਜਾਂਦੇ। ਹੁਣ ਉਹਦੇ ਵਿੱਚ ਆ ਜਾਂਦਾ ਕਿ ਤੁਸੀਂ ਡਾਇਟ ਲੈ ਰਹੇ ਹੋ ਵੀ ਮੈਂ ਤਾਂ ਪੂਰਾ ਸਭ ਕੁਝ ਖਾਂਦਾ ਹਾਂ ਜਾਂ ਮੈਂ ਖਾਂਦੀ ਹਾਂ, ਪਰ ਮੈਨੂੰ ਕੁਛ ਵੀਕਨੈਸ ਕਿਉਂ ਹੋ ਰਹੀ, ਮੈਨੂੰ ਫੀਲ ਕਿਉਂ। ਉਹਦੇ ਪਿੱਛੇ ਉਹ ਰੀਜ਼ਨ ਹੁੰਦੇ ਆ ਕਿ ਤੁਸੀਂ ਖਾ ਰਹੇ ਹੋ, ਜਾਂ ਤਾਂ ਤੁਸੀਂ ਠੀਕ ਨਹੀਂ ਖਾ ਰਹੇ, ਜਾਂ ਤੁਸੀਂ ਠੀਕ ਖਾ ਰਹੇ ਹੋ ਪਰ ਤੁਹਾਡੀ ਬੋਡੀ 'ਚ ਐਬਜ਼ੋਰਵ ਨਹੀਂ ਹੋ ਰਿਹਾ, ਹੈ ਨਾ। ਹੁਣ ਬੋਡੀ 'ਚ ਐਬਜ਼ੋਰਵ ਹੋਣਾ ਕਿਸੇ ਫੂਡ ਦਾ ਤੁਹਾਡੇ ਬਲੱਡ ਦੇ ਵਿੱਚ ਜਾ ਕੇ ਸੈਲਸ 'ਚ ਜਾ ਕੇ ਐਨਰਜੀ ਪੈਦਾ ਕਰਨਾ ਇਜ਼ ਡਿਫਰੈਂਟ ਥਿੰਗ, ਪਰ ਇੱਕ ਤੁਸੀਂ ਚੀਜ਼ ਖਾ ਲਈ ਹੈ ਦੈਟ ਇਜ਼ ਡਿਫਰੈਂਟ ਥਿੰਗ, ਹੈ ਨਾ। ਸੋ ਉਹਦੇ ਬਹੁਤ ਸਾਰੇ ਅੱਗੇ ਹੋਰ ਡਿਫਰੈਂਟ ਡਿਫਰੈਂਟ ਰੀਜ਼ਨਸ ਨੇ। ਸੋ ਫਟੀਕ ਦੀ ਤੁਸੀਂ ਗੱਲ ਕੀਤੀ ਕਿ ਇਹਦੇ 'ਚ ਡੈਫੀਸ਼ੈਂਸੀ, ਬਿਲਕੁਲ, ਕਿਉਂਕਿ ਜਿਹੜੀ ਵਿਟਾਮਿਨ ਡੀ ਆ ਅਸੀਂ ਧੁੱਪ 'ਚ ਬਹਿੰਦੇ ਨਹੀਂ, ਸਾਨੂੰ ਮਿਲਦੀ ਨਹੀਂ, ਬਿਲਕੁਲ। ਸੋ ਬਾਕੀ ਵੀ ਡੈਫੀਸ਼ੈਂਸੀ ਮਿਨਰਲਸ ਔਰ ਵਿਟਾਮਿਨਸ ਪ੍ਰੋਟੀਨਸ ਦੀਆਂ ਹੈਗੀਆਂ ਸਰੀਰ 'ਚ ਹੋ ਜਾਂਦੀਆਂ, ਬਿਲਕੁਲ, ਕਿਉਂਕਿ ਸਾਡਾ ਲਾਈਫ ਸਟਾਈਲ, ਬਿਲਕੁਲ। ਸੋ ਫਿਰ ਗੱਲ ਆਉਂਦੀ ਹੈ ਕਿ ਲਾਈਫ ਸਟਾਈਲ ਮੈਟਰ ਕਰਦਾ ਕਿੱਦਾਂ ਦਾ ਤੁਹਾਡਾ, ਕਿ ਡੈਫੀਸ਼ੈਂਸੀ ਮਿਨਰਲਸ ਦੀ ਹੋ ਰਹੀ ਹੈ, ਵਿਟਾਮਿਨਸ ਦੀ ਹੋ ਰਹੀ ਹੈ। ਔਰ ਇੱਕ ਇਹ ਵੀ ਦੱਸੋ ਕਿ ਕਾਫੀ ਵਾਰ ਲੋਕ ਜਦ 40 ਕ੍ਰੋਸ ਕਰਦੇ ਹੋ ਮਲਟੀ ਵਿਟਾਮਿਨਸ ਦੀਆਂ ਟੈਬਲੇਟਸ ਖਾਣੀਆਂ ਸ਼ੁਰੂ ਕਰ ਦਿੰਦੇ ਆ, ਮਲਟੀ ਵਿਟਾਮਿਨਸ। ਬਹੁਤ ਜਣੇ ਖਾਂਦੇ ਨਹੀਂ ਅਸੀਂ ਕਿਉਂ ਖਾਣੀ, ਉਹਨਾਂ ਨੂੰ ਵਿਟਾਮਿਨਸ ਵੀ ਨਹੀਂ ਮਿਲ ਰਹੇ ਅਤੇ ਉਹ ਖਾਣੀ ਚਾਹੀਦੀ ਹੈ ਕਿ ਨਹੀਂ ਖਾਣੀ ਚਾਹੀਦੀ। ਲੇਡੀਜ਼ ਦੀ ਅਲੱਗ ਹੁੰਦੀ ਹੈ, ਜੈਂਟਸ ਦੀ ਅਲੱਗ ਹੁੰਦੀ ਹੈ। ਹਾਂਜੀ, ਉਹ ਜਿਹੜੇ ਵਿਟਾਮਿਨਸ ਦੇ ਨਾਲ ਬੇਸਿਕਲੀ ਕੋਈ ਵੀ ਸਪਲੀਮੈਂਟਸ ਆ, ਹੁਣ ਸਪਲੀਮੈਂਟਸ ਦੇ ਵਿੱਚ ਲੋਕ ਸਿਰਫ ਉਹ ਹੀ ਮਲਟੀ ਵਿਟਾਮਿਨ ਜਾਂ ਜਿਵੇਂ ਸੈਂਟਰਮ ਬੜੀ ਪਾਪੂਲਰ ਸੀ ਤਾਂ ਉਹਦੇ ਵੱਲ ਨਹੀਂ ਜਾ ਰਹੇ, ਸਪਲੀਮੈਂਟਸ ਲੋਕ ਬਹੁਤ ਤਰ੍ਹਾਂ ਦੇ ਹੁਣ ਟਰਾਈ ਕਰ ਰਹੇ। ਜਿਹੜੇ ਨੈਚੁਰੋਪੈਥੀ ਲੋਕ ਜਾਂਦੇ ਆ ਡਾਕਟਰ ਤੋਂ ਸਲਾਹ ਲੈਂਦੇ ਤਾਂ ਮੋਸਟਲੀ ਉਹ ਕੀ ਕਰਦੇ ਨਾ, ਉਹ ਸਪਲੀਮੈਂਟਸ ਹੀ ਪ੍ਰਿਸਕ੍ਰਾਈਬ ਕਰਦੇ, ਠੀਕ ਆ। ਫਿਰ ਉਹ ਸਪਲੀਮੈਂਟਸ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਅਕੋਰਡਿੰਗ ਟੂ ਰੀਜ਼ਨਸ। ਹੁਣ ਆਪਾਂ ਥੋੜ੍ਹਾ ਜਿਹਾ ਡਿਟੇਲ 'ਚ ਜਾਈਏ ਤਾਂ ਸਾਨੂੰ ਹੋਰ ਚੰਗੀ ਤਰ੍ਹਾਂ ਸਮਝ ਆਏਗੀ ਇਸ ਚੀਜ਼ ਦੀ ਕਿ ਕਿਉਂ ਹੁੰਦਾ। ਸਭ ਤੋਂ ਵੱਡਾ ਇੱਕ ਮੇਨ ਕਾਰਨ ਕਈ ਵਾਰੀ ਇਹ ਹੋ ਜਾਂਦਾ ਕਿ ਕਰੋਨਿਕ ਫਟੀਗ, ਠੀਕ ਹੈ। ਕਰੋਨਿਕ ਫਟੀਗ ਜਿਹੜੀ ਹੁੰਦੀ ਆ ਡਿਊ ਟੂ ਸਮ ਲੌਂਗ ਟਰਮ ਡਿਜ਼ੀਜ਼, ਕਰੋਨਿਕ ਡਿਜ਼ੀਜ਼, ਸਭ ਤੋਂ ਇੱਕ ਨੰਬਰ 'ਤੇ ਡਾਇਬੀਟੀਜ਼, ਠੀਕ ਆ। ਉਸ ਤੋਂ ਬਾਅਦ ਜੇ ਕਿਸੇ ਨੂੰ ਹਾਰਟ ਦੀਆਂ ਪ੍ਰੋਬਲਮਸ ਆ, ਥਾਇਰੋਇਡ ਦੀਆਂ ਪ੍ਰੋਬਲਮਸ ਆ, ਬਲੱਡ ਪ੍ਰੈਸ਼ਰ ਹੈ, ਕੋਲੈਸਟ੍ਰੋਲ ਹੈ, ਆਫਕੋਰਸ ਹਾਰਟ ਨਾਲ ਰਿਲੇਟਡ, ਬਲੱਡ ਨਾਲ ਰਿਲੇਟਡ, ਔਰ ਦੀਸ ਥਿੰਗਸ, ਉਹ ਵੀ ਇੱਕ ਫਟੀਕ ਪੈਦਾ ਕਰਦੀ ਹੈ ਬੋਡੀ ਦੇ ਅੰਦਰ, ਠੀਕ ਹੈ। ਉਸ ਤੋਂ ਬਾਅਦ ਆ ਜਾਂਦੀ ਇੱਕ ਐਕਿਊਟ, ਠੀਕ ਹੈ। ਐਕਿਊਟ ਦੇ ਵਿੱਚ ਤੁਸੀਂ ਜਿਵੇਂ ਹੁਣ ਵਾਇਰਲ ਆ, ਛੋਟੇ ਛੋਟੇ ਬੱਚਿਆਂ ਨੂੰ ਵੀਕਨੈਸ, ਕਿਉਂ ਵੀਕਨੈਸ ਛੋਟੇ ਬੱਚਿਆਂ ਨੂੰ ਹੋਣੀ ਨਹੀਂ ਚਾਹੀਦੀ, ਹੈ ਨਾ। ਬਹੁਤੀ ਵਾਰੀ ਇਹ ਰੀਜ਼ਨ ਦੇਖਿਆ ਗਿਆ ਕਿ ਬੱਚੇ ਬਾਰ ਬਾਰ ਬਿਮਾਰ ਹੁੰਦੇ ਆ, ਕੋਈ ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ਆ ਗਈ ਉਹਨਾਂ ਨੂੰ, ਜਾਂ ਵੱਡਿਆਂ ਨੂੰ ਵੀ ਜੇ ਇਨਫੈਕਸ਼ਨਸ ਹੋ ਜਾਂਦੀਆਂ ਕਿਸੇ ਤਰ੍ਹਾਂ ਦੀਆਂ ਬਾਡੀ ਦੇ ਵਿੱਚ, ਦੈਨ ਦੇ ਲੀਡ ਟੂ ਫਟੀਗ। ਓਕੇ, ਹੁਣ ਪੇਸ਼ੈਂਟ ਠੀਕ ਹੋ ਗਿਆ ਕਿ ਮੇਰਾ ਵਾਇਰਲ ਤਾਂ ਚਲਾ ਗਿਆ, ਉਹਨੇ ਕੁਛ ਵੀ ਮੈਡੀਸਿਨ ਲਈ, ਵਟ ਐਵਰ, ਕੋਈ ਐਂਟੀਬਾਇਓਟਿਕਸ ਲਏ ਜਾਂ ਪੇਨ ਕਿਲਰ ਲਏ, ਜਾਂ ਵਾਇਰਲ ਵੈਸੇ ਵੀ ਥੋੜ੍ਹੇ ਦਿਨਾਂ 'ਚ ਚਲਾ ਗਿਆ, ਪਰ ਫਟੀਗ ਨਹੀਂ ਗਈ, ਠੀਕ ਹੈ। ਰੀਜ਼ਨ ਬੀਂਗ ਕਿ ਉਹ ਜਿਹੜਾ ਵਾਇਰਲ ਜਾਂ ਬੈਕਟੀਰੀਅਲ ਜਾਂ ਜੋ ਵੀ ਬਿਮਾਰੀ ਨਾਲ ਤੁਸੀਂ ਫੇਸ ਕੀਤਾ ਉਸ ਟਾਈਮ ਦੇ ਉੱਤੇ, ਉਹ ਉਹਦੇ ਨਾਲ ਉਹ ਗਈ ਨਹੀਂ, ਉਹ ਬੋਡੀ 'ਚ ਉਹਦਾ ਅਸਰ ਨਹੀਂ ਗਿਆ, ਸੋ ਆਪਣਾ ਇੱਕ ਅਸਰ ਛੱਡ ਜਾਂਦਾ, ਠੀਕ ਹੈ। ਹੁਣ ਇਹ ਹੋ ਗਈ ਐਕਿਊਟ ਰੀਜ਼ਨਸ ਅਤੇ ਕਰੋਨਿਕ ਫਟੀਕ ਬਾਰੇ ਅਸੀਂ ਗੱਲ ਕਰ ਦਿੱਤੀ, ਠੀਕ ਹੈ। ਉਹਦੇ ਤੋਂ ਇਲਾਵਾ ਕਈ ਚੀਜ਼ਾਂ ਜਿਹਨਾਂ ਵੱਲ ਕਦੀ ਵੀ ਸਾਡਾ ਧਿਆਨ ਨਹੀਂ ਜਾਂਦਾ, ਜਿਹਦੇ ਵਿੱਚ ਕਿ ਡੀਹਾਈਡਰੇਸ਼ਨ, ਠੀਕ ਹੈ, ਪਾਣੀ ਪੂਰਾ ਨਹੀਂ ਪੀਂਦੇ, ਪਾਣੀ ਦਾ ਇੰਨੀ ਬਿਜ਼ੀ ਦੁਨੀਆ,
ਪਾਣੀ ਦਾ ਯਾਦ ਹੀ ਨਹੀਂ ਹੈਗਾ ਕਿਸੇ ਨੂੰ। ਪਾਣੀ ਐਟਮੋਸਫੀਅਰ ਉਦਾਂ ਦਾ ਕਿ ਪਾਣੀ ਦੀ ਪਿਆਸ ਹੀ ਨਹੀਂ ਲੱਗਦੀ। ਇੰਡੀਆ 'ਚ ਗਰਮੀ ਪੈਂਦੀ ਹੈ ਅਤੇ ਤੁਸੀਂ ਸਵੈਟ ਕਰਦੇ ਹੋ, ਪਸੀਨਾ ਆਉਂਦਾ। ਤਰਨਜੀਤ ਜੀ, ਮੇਰਾ ਸਵਾਲ ਇੱਥੇ ਇਹ ਵੀ ਹੈ ਕਿ ਪਸੀਨਾ, ਸਵੈਟਿੰਗ ਸਰੀਰ 'ਚ ਕਿੰਨੀ ਜ਼ਰੂਰੀ ਹੈ, ਜਿਹੜੇ ਸਾਡੇ ਪੋਰਸ ਹੈ, ਕਿਉਂਕਿ ਕਹਿੰਦੇ ਕਿ ਪਸੀਨਾ ਆਉਂਦਾ ਤੁਹਾਡਾ, ਤੁਸੀਂ ਫਿੱਟ ਰਹਿੰਦੇ ਹੋ। ਸਾਨੂੰ ਇੱਥੇ ਸਵੈਟਿੰਗ ਆਉਂਦੀ ਨਹੀਂ, ਜਿਮ ਅਸੀਂ ਜਾਂਦੇ ਨਹੀਂ, ਵਾਕ ਅਸੀਂ ਕਰਦੇ ਨਹੀਂ, ਸੋ ਬਾਡੀ 'ਚੋਂ ਜਿਹੜੇ ਸਾਡੇ ਬੈਡ ਟੌਕਸਿਕਸ ਹੈ ਉਹ ਬਾਹਰ ਨਿਕਲਦੇ ਨਹੀਂ, ਅਤੇ ਸਾਡੀ ਇੱਥੇ ਜਿਹੜੀ ਅਸੀਂ ਦੇਖੀਏ ਓਬੈਸਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੈਸਟਰਨ ਕੰਟਰੀਜ਼ ਦੇ ਅੰਦਰ। ਸੋ ਪਸੀਨਾ ਆਉਣਾ ਕਿੰਨਾ ਜ਼ਰੂਰੀ ਹੈ, ਪਸੀਨਾ ਕੱਢਣਾ ਕਿੰਨਾ ਜ਼ਰੂਰੀ ਹੈ? ਪਸੀਨਾ ਆਉਣਾ ਵੀ ਬਹੁਤ ਜ਼ਰੂਰੀ ਹੈ ਅਤੇ ਪਸੀਨਾ ਕੱਢਣਾ ਵੀ ਬਹੁਤ ਜ਼ਰੂਰੀ ਹੈ। ਪਸੀਨਾ ਇੱਥੇ ਨੋਰਮਲੀ ਤਾਂ ਆਉਣਾ ਹੀ ਨਹੀਂ, ਕਿਉਂਕਿ ਅਸੀਂ ਬੜੇ ਕੰਟਰੋਲਡ ਟੈਂਪਰੇਚਰ 'ਚ ਰਹਿ ਰਹੇ ਹਾਂ। ਬਿਲਕੁਲ, ਸਾਡੀ ਜਿਹੜੀ ਲਾਈਫ ਆ ਬਹੁਤ ਕੰਟਰੋਲਡ ਆ ਹੁਣ। ਅਸੀਂ ਮਤਲਬ ਅਸੀਂ ਦੇਖ ਲਓ ਕਿ ਥੋੜ੍ਹਾ ਜਿਹਾ ਟੈਂਪਰੇਚਰ ਹੁਣ 22-23 ਚਲਾ ਗਿਆ, ਅਸੀਂ 23 ਤੋਂ 22 ਲੈ ਆਉਣਾ, 22-23 ਲੈ ਆਉਣਾ। ਅਸੀਂ ਇੰਨਾ ਜ਼ਿਆਦਾ ਆਪਣੇ ਬਾਡੀ ਨੂੰ ਡਿਪੈਂਡ ਕਰ ਦਿੱਤਾ ਉਸ ਇਨਵਾਇਰਮੈਂਟ ਦੇ ਵਿੱਚ ਕਿ ਅਸੀਂ ਫੇਸ ਹੀ ਨਹੀਂ ਕਰਦੇ ਉਹ ਚੀਜ਼ਾਂ। ਹੁਣ ਇੰਡੀਆ ਦੇ ਵਿੱਚ ਜਾਂ ਕਹਿ ਲਓ ਜਾਂ ਤੁਸੀਂ ਬਾਕੀ ਟ੍ਰੋਪੀਕਲ ਕੰਟਰੀਜ਼ ਦੇ ਵਿੱਚ, ਹੁਣ ਲੋਕਾਂ ਦਾ ਇਹ ਟ੍ਰੈਂਡ ਬਣ ਗਿਆ ਜੀ ਵਕੇਸ਼ਨ 'ਤੇ ਜਾਂਦੇ ਹਾਂ ਟ੍ਰੋਪੀਕਲ ਕੰਟਰੀਜ਼, ਵਾਈ ਦੇ ਗੋ? ਉੱਥੇ ਅੱਛਾ ਫੀਲ ਹੁੰਦਾ ਕਿਉਂਕਿ ਉਹ ਜਿਹੜਾ ਨੈਚੁਰਲ ਇਨਵਾਇਰਮੈਂਟ ਆ ਨਾ ਤੁਹਾਡਾ, ਉਹ ਤੁਹਾਨੂੰ ਇੱਕ ਐਨਰਜੀ ਦਿੰਦਾ ਕਿਉਂਕਿ ਤੁਸੀਂ ਨੈਚੁਰਲ ਵੇ ਦੇ ਨਾਲ ਉੱਥੇ ਡੀਲ ਕਰ ਰਹੇ ਹੁੰਦੇ ਹਾਂ। ਸੋ ਇਹ ਚੀਜ਼ਾਂ ਪਸੀਨੇ ਵਾਸਤੇ, ਹੁਣ ਜਿਮ ਜਾਂਦੇ ਲੋਕ ਐਕਸਰਸਾਈਜ਼ ਕਰਦੇ, ਬਹੁਤ ਜ਼ਿਆਦਾ ਜ਼ਰੂਰੀ, ਬਹੁਤ ਜ਼ਿਆਦਾ। ਡੈਫੀਸ਼ੀਐਂਸੀਜ਼ ਹੋ ਗਈਆਂ ਵਿਟਾਮਿਨਸ, ਪ੍ਰੋਟੀਨਸ, ਮਿਨਰਲਸ ਦੀਆਂ, ਅਤੇ ਇੱਥੇ ਤੁਹਾਡਾ ਡੀਹਾਈਡਰੇਸ਼ਨ, ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਕਿੰਨੇ ਲੀਟਰ ਦਿਨ 'ਚ ਪਾਣੀ ਪੀਣਾ ਚਾਹੀਦਾ? ਪਾਣੀ ਦੀ ਜਿਹੜੀ ਹੈ ਨਾ ਉਹ ਤੁਸੀਂ ਗਲਾਸਿਸ ਦੇ ਹਿਸਾਬ ਨਾਲ ਲਗਾ ਲਓ, ਤੋਂ 2 ਤੋਂ ਲੈ ਕੇ 6 ਗਲਾਸ ਤੱਕ। ਜੇ ਛੋਟੇ ਬੱਚੇ ਅਸੀਂ ਕਹਿੰਦੇ ਹਾਂ 2 ਜਾਂ 3 ਵੱਡੇ ਗਲਾਸ ਪੀ ਲੈਣ, ਓਕੇ ਆ। ਵੱਡੇ ਆ ਜਿਹੜੇ 6-8 ਗਲਾਸ ਪੀ ਲੈਣ। ਜਦੋਂ ਅਸੀਂ ਕਹਿੰਦੇ ਨਾ ਕਿ ਪਾਣੀ ਬਹੁਤ ਪੀਓ ਬਹੁਤ ਪੀਓ, ਕਈ ਲੋਕ ਨਾ ਇਸ ਚੀਜ਼ ਨੂੰ ਵੀ ਗਲਤ ਸਮਝ ਜਾਂਦੇ ਆ, ਹੈ ਨਾ। ਹੁਣ ਜੇ ਅਸੀਂ ਪਾਣੀ ਪੀ ਰਹੇ ਹਾਂ ਨਾ, ਇਨਪੁੱਟ ਆ ਅਤੇ ਆਊਟਪੁੱਟ ਹੋਣੀ ਚਾਹੀਦੀ। ਹੁਣ ਜੇ ਯੂਰੀਨੇਸ਼ਨ ਦਾ ਪ੍ਰੋਸੈਸ ਵਧੀਆ, ਤੁਹਾਡਾ ਕਿਡਨੀਜ਼ ਠੀਕ ਕੰਮ ਕਰ ਰਹੀ ਹੈ, ਤੁਸੀਂ ਪਾਣੀ ਪੀ ਰਹੇ ਹੋ, ਤੁਸੀਂ ਪਾਣੀ ਕੱਢ ਰਹੇ ਹੋ, ਅਤੇ ਦੈਟਸ ਫਾਈਨ। ਹੁਣ ਕਈ ਲੋਕ ਆ ਉਹ ਪਾਣੀ ਬਹੁਤ ਜ਼ਿਆਦਾ ਪੀਣਾ ਸ਼ੁਰੂ ਕਰ ਦਿੰਦੇ, ਪਰ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਹੁੰਦੀ ਅਸੀਂ ਕਿੰਨਾ ਪੀਣਾ, ਅਤੇ ਉਹ ਕਈ ਵਾਰੀ ਉਹ ਕਿਡਨੀਜ਼ ਦੇ ਉੱਤੇ ਪ੍ਰੈਸ਼ਰ ਵੀ ਪਾਉਂਦਾ, ਡੈਮੇਜ ਵੀ ਕਰਦਾ। ਸੋ ਇਟਸ ਰਿਲੇਟਿਵ। ਸੋ ਡੀਹਾਈਡਰੇਸ਼ਨ ਔਰ ਜਿਹੜੀ ਡੈਫੀਸ਼ੀਐਂਸੀ ਤੁਸੀਂ ਦੱਸੀ ਆ, ਸਾਰੇ ਫਟੀਕ ਦੇ ਕਾਰਨ ਹੈ। ਅਗਰ ਪ੍ਰੋਪਰ ਸਲੀਪ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ, ਕੀ ਉਹ ਵੀ ਕਾਰਨ ਹੈ ਫਟੀਕ ਦਾ? ਨੈਕਸਟ ਪੁਆਇੰਟ ਇਹੀ ਆਪਾਂ ਡਿਸਕਸ ਕਰਨ ਜਾ ਰਹੇ ਕਿ ਸਲੀਪ ਬਾਡੀ ਲਈ ਇੰਨੀ ਜ਼ਰੂਰੀ ਆ, ਕਿਉਂਕਿ ਤੁਹਾਡੀ ਰੀਸਟੋਰੇਸ਼ਨ ਕਿਵੇਂ ਹੋਏਗੀ ਜੇ ਤੁਸੀਂ ਨੀਂਦ ਪੂਰੀ ਨਹੀਂ ਲੈਂਦੇ। ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਭੱਜ ਰਹੇ ਹਾਂ, 8-8, 10-10 ਘੰਟੇ ਆਫਿਸ 'ਚ ਵੀ ਕੰਮ ਕਰ ਰਹੇ ਹਾਂ ਜਾਂ ਅਸੀਂ ਕੋਈ ਹੋਰ ਕੰਮ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਘਰ 'ਚ ਵੀ ਆ ਕੇ ਕੰਮ ਕਰ ਰਹੇ ਹਾਂ। ਸਾਰਾ ਕੁਝ ਅਸੀਂ ਸੋਚ ਰਹੇ ਹਾਂ ਕੱਲ੍ਹ ਸਵੇਰ ਦਾ ਕਿ ਅਸੀਂ ਆਫਿਸ ਜਾ ਕੇ ਆਹ ਕਰਨਾ, ਸਾਡੇ ਆਹ ਹੈਗੇ ਆ, ਮੌਰਗੇਜ ਨਹੀਂ ਗਈ, ਸਾਡੇ ਹੋਰ ਫਾਈਨੈਂਸ ਦੇ ਬਿੱਲ ਖੜੇ, ਸਟ੍ਰੈਸ। ਸੋ ਮੈਂਟਲ ਵੀ ਨਾਲ ਜੁੜ ਗਿਆ ਸਲੀਪ ਦੇ ਨਾਲ, ਆਫਕੋਰਸ। ਅਤੇ ਫਿਰ ਤੁਸੀਂ ਨੀਂਦ ਨਹੀਂ ਲੈ ਰਹੇ, ਫਿਰ ਇੱਕ ਹੋਰ ਵੀ ਬੜੀ ਵੱਡੀ ਪ੍ਰੋਬਲਮ ਅੱਜ ਕੱਲ੍ਹ, ਤੁਹਾਨੂੰ ਨੀਂਦ ਆ ਰਹੀ ਹੈ ਪਰ ਤੁਸੀਂ ਫੋਨ ਵੀ ਦੇਖਣਾ ਨਾ। ਹਾਂਜੀ ਬਿਲਕੁਲ, ਉਹ ਵੀ ਚੀਜ਼ ਇੱਕ ਬੜੀ ਆ ਰਹੀ ਹੈ ਕਿ ਤੁਸੀਂ ਇੱਕ ਵਾਰੀ ਥੋੜ੍ਹਾ ਦੇਖ ਲਈਏ ਕਿ ਫੋਨ 'ਤੇ ਕੀ ਆਇਆ ਮੈਸੇਜਿਸ, ਜਾਂ ਉਹ ਹੁਣ ਇੱਕ ਤਰ੍ਹਾਂ ਨਾਲ ਇੱਕ ਜ਼ਰੂਰੀ ਵੀ ਹੋ ਗਿਆ, ਲਾਈਫ ਸਟਾਈਲ ਦਾ ਪਾਰਟ ਹੋ ਗਿਆ। ਹਰ ਇੱਕ ਸੈਕਿੰਡ ਬਾਅਦ ਤਾਂ ਵਟਸਐਪ 'ਤੇ ਮੈਸੇਜ ਆਇਆ ਹੁੰਦਾ, ਉਹਨੂੰ ਮੈਸੇਜ ਦੇਖਣਾ ਵੀ ਜ਼ਰੂਰੀ ਹੈ, ਸੋਣਾ ਵੀ ਜ਼ਰੂਰੀ ਹੈ, ਸੁੱਤੇ ਪਏ ਵੀ ਦੇਖ ਲਈਦਾ, ਟੁੰਗ ਵਜਿਆ ਅਤੇ ਉਹ ਮੈਸੇਜ ਦੇਖ ਲਓ, ਕੁਛ ਜ਼ਰੂਰੀ ਤਾਂ ਨਹੀਂ ਛੁੱਟਦੇ, ਨਹੀਂ ਚੱਲਿਆ ਸਾਡਾ। ਬਿਲਕੁਲ, ਸਾਰੇ ਫਟੀਕ ਦੇ ਕਾਰਨ, ਸਾਰੇ ਫਟੀਕ ਦੇ ਕਾਰਨ। ਸਲੀਪ ਪ੍ਰੋਪਰ ਨਾ ਆਉਣਾ, ਜਾਂ ਤੁਹਾਨੂੰ ਘੱਟ ਘੰਟੇ ਮਿਲ ਰਹੇ ਸਲੀਪ ਦੇ, ਜਾਂ ਤੁਸੀਂ ਸੋ ਰਹੇ ਹੋ
ਪਰ ਸਲੀਪ ਐਪਨੀਆ ਇੱਕ ਪ੍ਰੋਬਲਮ ਹੁੰਦੀ ਹੈ। ਹਾਂਜੀ ਠੀਕ ਆ, ਤੁਸੀਂ ਸੋ ਲਿਆ 8-10 ਘੰਟੇ, ਤੁਸੀਂ ਕਹਿੰਦੇ ਮੈਂ ਤਾਂ ਸੋ ਵੀ ਲਿਆ, ਫਿਰ ਵੀ ਕਿਉਂ? ਕਿਉਂਕਿ ਤੁਸੀਂ ਸਲੀਪ ਐਪਨੀਆ ਦੇ ਵਿੱਚ ਕੀ ਹੈ ਕਿ ਤੁਹਾਡਾ ਤੁਹਾਡੀ ਬਰੀਦਿੰਗ ਪ੍ਰੋਪਰ ਨਹੀਂ ਹੈ। ਠੀਕ ਹੈ ਤਰਨਜੀਤ ਜੀ, ਟਾਈਮ ਸਾਡੇ ਕੋਲ ਲਿਮਿਟਿਡ ਹੈ, ਇਸ ਤੋਂ ਅੱਗੇ ਡੈਫੀਸ਼ੈਂਸੀਜ਼, ਡੀਹਾਈਡਰੇਸ਼ਨ, ਪੂਰੀ ਨੀਂਦ ਨਾ ਹੋਣਾ, ਲਾਈਫ ਸਟਾਈਲ ਠੀਕ ਨਾ ਰੱਖਣਾ, ਮੈਂਟਲ ਸਟ੍ਰੈਸ, ਮੈਂਟਲ ਇਸ਼ੂਜ਼, ਫੋਨ ਦੀ ਐਡਿਕਸ਼ਨਸ ਹੋ ਗਈਆਂ, ਹੋਰ ਐਡਿਕਸ਼ਨਸ ਹੋ ਗਈਆਂ, ਇਹਦੇ ਨਾਲ ਤੁਸੀਂ ਹੋਰ ਕੀ ਐਡ ਕਰੋਗੇ? ਫਿਰ ਇਹਦੀ ਟ੍ਰੀਟਮੈਂਟ ਕੀ ਹੈ? ਡਾਈਜੈਸਟਿਵ ਇਸ਼ੂ। ਠੀਕ ਹੈ, ਸਭ ਤੋਂ ਮੇਨ ਇੱਕ ਚੀਜ਼ ਫੈਟੀਗ ਦੇ ਵਿੱਚ ਕਦੀ ਵੀ ਕਿਸੇ ਦੇ ਦਿਮਾਗ 'ਚ ਨਹੀਂ ਆਉਂਦਾ ਕਿ ਮੈਂ ਕਿਉਂ ਥੱਕਿਆ, ਵੀ ਹੋ ਸਕਦਾ ਮੈਨੂੰ ਕੋਈ ਪੇਟ ਦੀ ਪ੍ਰੋਬਲਮ ਨਾ ਹੋਵੇ। ਡਾਈਜੈਸ਼ਨ ਇਜ਼ ਅ ਵੈਰੀ ਮੇਨ ਥਿੰਗ। ਕਿਉਂ? ਕਿਉਂਕਿ ਜਦੋਂ ਕੋਈ ਚੀਜ਼ ਤੁਸੀਂ ਖਾ ਰਹੇ ਹੋ, ਸਭ ਕੁਝ ਪ੍ਰੋਪਰ ਕਰ ਰਹੇ ਹੋ, ਜੇ ਤੁਸੀਂ ਸਪਲੀਮੈਂਟਸ ਵੀ ਲੈ ਲਏ, ਅਗੇਨ ਜੇ ਐਬਜ਼ੋਰਬ ਵੀ ਨਹੀਂ ਹੋਇਆ, ਜੇ ਉਹ ਤੁਹਾਨੂੰ ਐਨਰਜੀ ਨਹੀਂ ਦੇ ਰਿਹਾ, ਸੈਲਸ ਦੇ ਵਿੱਚ ਐਬਜ਼ੋਰਬ ਹੋ ਕੇ ਤੁਹਾਨੂੰ ਐਨਰਜੀ ਨਹੀਂ ਮਿਲ ਰਹੀ, ਤਾਂ ਹੋਰ ਉਹ ਸਾਰੀ ਚੀਜ਼ ਦਾ ਪਰਪਸ ਖਤਮ ਹੋ ਜਾਂਦਾ ਨਾ। ਹੁਣ ਡਾਈਜੈਸ਼ਨ ਦੇ ਇਸ਼ੂਜ਼ ਜਿਹੜੇ ਆ, ਮੇਨ ਜਿਹੜੀ ਚੀਜ਼ ਆ ਜਿਹੜੀ ਕੌਂਸਟੀਪੇਸ਼ਨ, ਰਾਈਟ, ਉਸ ਤੋਂ ਬਾਅਦ ਕਈਆਂ ਨੂੰ ਡਾਇਰੀਆ, ਕਈਆਂ ਨੂੰ ਸਟਮਕ ਫਲੂ, ਯੂ ਨੋ, ਇਹ ਜਿਹੜੀਆਂ ਮੇਨ ਚੀਜ਼ਾਂ। ਹੁਣ ਉਸ ਤੋਂ ਸਭ ਤੋਂ ਵੱਡੀ ਗੱਲ ਇੱਕ ਹੁੰਦੀ ਫੂਡ ਇਨਟੋਲਰੈਂਸੀ। ਬਹੁਤ ਲੋਕ ਨਹੀਂ ਜਾਣਦੇ, ਕਹਿੰਦੇ ਜੀ ਸਾਨੂੰ ਐਲਰਜੀ ਨਹੀਂ ਆ, ਸਾਨੂੰ ਵੀਟ ਤੋਂ ਐਲਰਜੀ ਨਹੀਂ ਹੈ, ਸਾਨੂੰ ਦੁੱਧ ਤੋਂ ਐਲਰਜੀ ਨਹੀਂ ਆ। ਐਲਰਜੀ ਵਾਲਿਆਂ ਨੂੰ ਤਾਂ ਐਲਰਜੀ ਉਹ ਤਾਂ ਲੈਂਦੇ ਹੀ ਨਹੀਂ, ਲੈ ਹੀ ਨਹੀਂ ਸਕਦੇ। ਫੂਡ ਇਨਟੋਲਰੈਂਸ ਜਿਹੜੀ ਹੈ ਨਾ, ਉਹ ਐਡੀ ਵੱਡੀ ਚੀਜ਼ ਆ। ਤੁਸੀਂ ਖਾ ਲਿਆ, ਤੁਹਾਨੂੰ ਐਲਰਜੀ ਨਹੀਂ, ਬੋਡੀ ਨੇ ਇੱਕਦਮ ਕੁਛ ਨਹੀਂ ਕਹਿਣਾ, ਪਰ ਉਹ ਤੁਹਾਨੂੰ ਹੌਲੀ ਹੌਲੀ ਅੰਦਰੋਂ 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 ਉਹ ਤੰਗ ਕਰੀ ਜਾ ਰਹੀ ਹੁੰਦੀ। ਠੀਕ ਆ, ਉਹ ਫਿਰ 1-to-1 ਅਸੀਂ ਦੇਖਣਾ ਪੈਂਦਾ ਵੀ ਕਿਹਨੂੰ ਕੀ ਪ੍ਰੋਬਲਮ ਕਿਵੇਂ ਆ ਰਹੀ, ਉਹ ਚੀਜ਼ਾਂ ਡਿਫਰੈਂਟ ਹੋ ਜਾਂਦੀਆਂ। ਡਾਇਬਿਟੀਜ਼ ਦੇ ਵਿੱਚ ਜਿਵੇਂ ਅਸੀਂ ਕਹਿ ਦਿੰਦੇ ਹਾਂ, ਇਨਸੂਲਿਨ ਰੈਜ਼ਿਸਟੈਂਸ ਇਜ਼ ਅ ਵੈਰੀ ਬਿਗ ਕੌਜ਼ ਆਫ ਫਟੀਗ। ਇਨਸੂਲਿਨ ਰੈਜ਼ਿਸਟੈਂਸ ਇੱਕ ਟਰਮ ਆ, ਸਾਨੂੰ ਪੂਰਾ ਇੱਕ ਐਪੀਸੋਡ ਕਰਨਾ ਪੈਣਾ ਉਹਦੇ 'ਤੇ, ਬਹੁਤ ਵਾਈਡ ਟਰਮ ਆ। ਅਤੇ ਉਹਦੇ ਵਿੱਚ ਇਹ ਆ ਕਿ ਤੁਸੀਂ, ਤੁਹਾਨੂੰ ਸ਼ੂਗਰ ਨਹੀਂ ਆ, ਤੁਹਾਡੇ ਸ਼ੂਗਰ ਲੈਵਲ ਠੀਕ ਆ, ਪਰ ਫਿਰ ਵੀ ਤੁਸੀਂ ਜ਼ਿਆਦਾ ਸ਼ੂਗਰ ਖਾ ਰਹੇ ਹੋ, ਤੁਹਾਨੂੰ ਥਕਾਵਟ ਹੋਏਗੀ। ਸੋ ਇਹ ਅਸੀਂ ਫਿਰ ਕਦੀ ਡਿਟੇਲ ਵਿੱਚ ਬਹੁਤ ਚੀਜ਼ਾਂ ਕਰਾਂਗੇ। ਉਸ ਤੋਂ ਇਲਾਵਾ ਐਡਿਕਸ਼ਨਸ, ਜਿਹੜੇ ਲੋਕ ਐਡਿਕਟ ਨੇ, ਅਲਕੋਹਲਿਕ ਨੇ ਜਾਂ ਹੋਰ ਡਰੱਗਸ ਲੈਂਦੇ, ਇੱਕ ਉਹ ਬਹੁਤ ਵੱਡਾ ਕਾਰਨ, ਡਰੱਗਸ ਲੈਂਦੇ ਜਾਂ ਅਲਕੋਹਲਿਕ ਜਾਂ ਫੋਨ ਦੇ ਐਡਿਕਸ਼ਨ, ਇਹਦੇ ਹੋ ਗਏ, ਇਹ ਸਾਰੇ ਐਡਿਕਸ਼ਨਸ ਜਿਹੜੇ ਨੇ, ਇਹ ਸਾਰੇ ਫਟੀਗ ਦਾ ਇੱਕ ਬਹੁਤ ਵੱਡਾ ਕਾਰਨ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਇਹ ਅਸੀਂ ਵਰਕ ਰਿਲੇਟਡ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਉਹ ਸਾਰਾ ਇਹ ਹਰੇਕ ਜਿਹੜੇ ਟੌਪਿਕ ਆ ਦੇ ਉੱਤੇ ਅਸੀਂ ਇੱਕ ਅਲੱਗ ਅਲੱਗ ਪੂਰਾ ਪੂਰਾ ਵੀ ਐਪੀਸੋਡ ਕਰ ਸਕਦੇ। ਤੁਸੀਂ ਕਿਸੇ ਨੇ ਤੁਹਾਡੇ ਤੋਂ ਕੋਈ ਸਵਾਲ ਪੁੱਛਣਾ ਹੋਏ, ਰੀਚ ਕਰਨਾ ਹੋਏ, ਕਿਹੜੇ ਨੰਬਰ 'ਤੇ, ਕਿੱਥੇ, ਔਰ ਆਪਣਾ ਕਲੀਨਿਕ ਕਿੱਥੇ, ਉਹ ਵੀ ਦੱਸ ਦਿਉ। ਹਾਂਜੀ, ਬੈਸਟ ਹੋਮ ਕੇਅਰ, 195 ਕੁਈਨ ਸਟ੍ਰੀਟ, ਈਸਟ ਬਰੈਂਪਟਨ। ਫੋਨ ਨੰਬਰ ਟੂ ਰੀਚ ਇਜ 416-434-4795, ਜਾਂ ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ ਬੈਸਟ ਹੋਮਿਓ ਕੇਅਰ ਤਰਨਜੀਤ ਕੌਰ, ਬੈਸਟ ਹੋਮਿਓ ਕੇਅਰ .com ਵੈਬਸਾਈਟ 'ਤੇ ਵੀ ਜਾ ਸਕਦੇ ਹੋ। ਇਹਨਾਂ ਸਾਰੇ ਤਰੀਕੇ ਨਾਲ ਤੁਸੀਂ ਸਾਨੂੰ ਅਪਰੋਚ ਕਰ ਸਕਦੇ। ਤਰਨਜੀਤ ਜੀ, ਫਟੀਕ ਸ਼ਬਦ ਲੱਗਦਾ ਛੋਟਾ ਜਿਹਾ, ਥਕਾਵਟ, ਕਿ ਸਾਡੀ ਟਾਇਰਡ ਹੋਣੀ ਹੈ ਬੋਡੀ, ਅਤੇ ਥਕਾਵਟ ਹੈ ਅਤੇ ਫਟੀਕ ਹੈ, ਲੇਕਿਨ ਜਿੰਨੇ ਤੁਸੀਂ ਕਾਰਨ ਦੱਸੇ ਉਹ ਤਾਂ ਆਹ ਲੱਗਦਾ ਹੈ ਕਿ ਹਰ ਇੱਕ ਫੈਕਟਰ ਇੱਕ ਦੂਜੇ ਨਾਲ ਜੁੜਿਆ ਹੋਇਆ, ਚਾਹੇ ਉਹ ਮੈਂਟਲ ਦਾ ਹੋਇਆ, ਚਾਹੇ ਉਹ ਪਾਣੀ ਪੂਰਾ ਨਹੀਂ ਪੀਤਾ, ਨੀਂਦ ਪੂਰੀ ਨਹੀਂ ਲਿੱਤੀ, ਜਾਂ ਵਾਕ ਨਹੀਂ ਕੀਤੀ, ਜਾਂ ਲਾਈਫ ਸਟਾਈਲ ਮੇਨਟੇਨ ਨਹੀਂ ਕੀਤਾ, ਜਾਂ ਅਸੀਂ ਮਿਨਰਲਸ ਦੀ ਸਾਡੇ ਕੋਲ ਡੈਫੀਸ਼ੈਂਸੀ ਹੈ, ਵਿਟਾਮਿਨ ਡੀ ਨਹੀਂ ਲਿੱਤੀ, ਸਿਟਰਸ ਫੂਡ ਨਹੀਂ ਲਿੱਤਾ, ਸੋ ਪੂਰੀ ਐਂਗਜ਼ਾਇਟੀ ਹੈ, ਮੈਂਟਲ ਸਟ੍ਰੈਸ, ਵਰਕ ਇਸ਼ੂਜ਼, ਐਡਿਕਸ਼ਨਸ ਹੋ ਗਈਆਂ, ਸੋ ਇੰਨਾ ਕੁਛ ਇਹਦੇ ਨਾਲ ਜੁੜਿਆ ਹੋਇਆ। ਸੋ ਫਟੀਗ ਨੂੰ ਉਹ ਕਹਿੰਦੇ ਕਿ ਸਿੰਪਲ ਨਾ ਸਮਝੋ, ਇਟ ਮੇ ਬੀ ਵੈਰੀ ਡੇਂਜਰਸ ਫਾਰ ਆਲ ਦਾ ਬਾਡੀ ਪਾਰਟਸ। ਆਫ ਕੋਰਸ, ਬਿਲਕੁਲ ਠੀਕ, ਇਹਦੇ ਰੂਟ ਕੌਜ਼ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਆਪਣੇ ਆਪ ਨੂੰ ਇੱਕ ਵਾਰੀ ਇਵੈਲੂਏਟ ਕਰਨਾ ਚਾਹੀਦਾ ਵੀ ਸਾਨੂੰ ਕੀ ਇਸ਼ੂ ਆ ਰਹੇ ਆ, ਤੇ ਫਿਰ ਉਹਨੂੰ ਅਸੀਂ ਦੇਖੋ, ਹਰ ਚੀਜ਼ ਦਾ ਜਿਹੜਾ ਹੱਲ ਹੈ ਨਾ, ਉਹ ਇਹਦੇ ਕਾਰਨਾਂ 'ਚ ਛੁਪਿਆ ਹੋਇਆ। ਜੇ ਅਸੀਂ ਕਹੀਏ ਵੀ ਇਹਦਾ ਤਰੀਕਾ ਕੀ, ਹੱਲ ਕੀ, ਹੱਲ ਤਾਂ ਉਹੀ ਹੈ ਕਿ ਜੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਾਂਗੇ ਠੀਕ ਹੋ ਜਾਏਗਾ। ਉਹ ਤੋਂ ਇਲਾਵਾ ਜੇ ਸਾਰਾ ਕੁਛ ਕਰਕੇ ਵੀ
ਤੁਹਾਨੂੰ ਲੱਗ ਰਿਹਾ ਕਿ ਤੁਸੀਂ ਠੀਕ ਨਹੀਂ ਹੋ ਰਹੇ ਤਾਂ ਡੈਫੀਨੇਟਲੀ ਯੂ ਹੈਵ ਦਾ ਵੇ ਆਫ ਟ੍ਰੀਟਮੈਂਟ ਅਤੇ ਹੋਮਿਓਪੈਥੀ ਇਜ਼ ਦਾ ਬੈਸਟ ਟ੍ਰੀਟਮੈਂਟ ਫੋਰ ਦੈਟ ਕਿ ਤੁਹਾਨੂੰ ਤੁਹਾਡੇ ਰੀਜ਼ਨਸ ਦੇ ਉੱਤੇ ਜਾ ਕੇ ਈਵਨ ਤੁਹਾਡੇ ਬਲੱਡ ਰਿਪੋਰਟ ਠੀਕ ਆ ਤੁਸੀਂ ਕਹੋਗੇ ਬਲੱਡ 'ਚ ਸਭ ਕੁਛ ਠੀਕ ਆ ਫਿਰ ਵੀ ਮੈਨੂੰ ਪ੍ਰੋਬਲਮ ਆ ਫਿਰ ਅਸੀਂ ਇਵੈਲੂਏਟ ਕਰਾਂਗੇ ਜਾਂ ਅਸੈਸ ਕਰਾਂਗੇ ਤੁਹਾਨੂੰ ਕੀ ਪ੍ਰੋਬਲਮ ਆ ਅਤੇ ਕਿੱਥੇ ਕਿੱਥੇ ਇਸ਼ੂ ਆ ਰਹੇ ਆ ਮੈਡੀਸਿਨ ਨਾਲ ਕਿਵੇਂ ਟ੍ਰੀਟਮੈਂਟ ਕਰ ਸਕਦੇ ਠੀਕ ਹੈ ਅਤੇ ਤੁਸੀਂ ਆਪਣਾ ਫੋਨ ਨੰਬਰ ਇੱਕ ਵਾਰ ਫਿਰ ਦੱਸ ਦਿਓ ਫੋਨ ਨੰਬਰ ਹੈ ਜੀ 416-434-4795 ਬੈਸਟ ਹੋਮਿਓਕੇਅਰ besthomiocare.com ਤੇ ਤੁਸੀਂ ਜਾ ਸਕਦੇ ਹੋ ਜਾਂ ਫਿਰ ਗੂਗਲ ਸਰਚ ਕਰ ਸਕਦੇ ਹੋ ਬੈਸਟ ਹੋਮਿਓਕੇਅਰ ਤਰਨਜੀਤ ਕੌਰ 195 ਕੁਈਨਸ ਸਟ੍ਰੀਟ ਤੇ ਸਾਡਾ ਆਫਿਸ ਹੈ ਥੈਂਕ ਯੂ ਜੀ ਤੁਸੀਂ ਆਏ ਤੇ ਅਵੇਅਰਨੈਸ ਦਿੱਤੀ ਹੈ ਫਟੀਕ ਦੇ ਮਾਮਲੇ ਤੇ ਅਸੀਂ ਤੁਹਾਨੂੰ ਫਿਰ ਇਨਵਾਈਟ ਕਰਾਂਗੇ ਕੋਈ ਹੋਰ ਟੌਪਿਕ ਤੇ ਕੋਈ ਹੋਰ ਇਸ਼ੂ ਤੇ ਜਿਹੜਾ ਕਿ ਹੈਲਥ ਰਿਲੇਟਡ ਹੋਇਆ ਥੈਂਕ ਯੂ ਜੀ ਥੈਂਕ ਯੂ ਸੋ ਆ ਸੀਗੇ ਤਰਨਜੀਤ ਕੌਰ ਜਿਹੜੇ ਕਿ ਹੋਮਿਓਪੈਥ ਹੈ ਬੈਸਟ ਹੋਮਿਓਕੇਅਰ ਤੋਂ ਤੁਹਾਡਾ ਕੋਈ ਸਵਾਲ ਹੈ ਤਾਂ ਜ਼ਰੂਰ ਲਿਖ ਭੇਜੋ ਕੋਈ ਵੀ ਹੈਲਥ ਰਿਲੇਟਡ ਇਸ਼ੂ ਹੈ ਤਾਂ ਜ਼ਰੂਰ ਲਿਖ ਭੇਜੋ ਔਰ ਟਾਈਮ ਟੂ ਟਾਈਮ ਇਹਨਾਂ ਨੇ ਉਪਰਾਲਾ ਵੀ ਸ਼ੁਰੂ ਕੀਤਾ ਜਿੱਥੇ ਕਿ ਫ੍ਰੀ ਕੈਂਪਸ ਲਾਉਣ ਦੀ ਇਹਨਾਂ ਨੇ ਇੱਕ ਸੇਵਾ ਸ਼ੁਰੂ ਕੀਤੀ ਹੈ ਉਹਦੇ ਬਾਰੇ ਵੀ ਅਗਰ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਦੇ ਆਫਿਸ ਦੇ ਨੰਬਰ 'ਤੇ ਕਾਲ ਕਰਕੇ ਪਤਾ ਕਰ ਸਕਦੇ ਹੋ